ਅੱਛਾ ਭਾਜੀ ਅੱਛਾ ਜੀ ਤੁਸੀਂ ਇਹਨਾਂ ਨੂੰ ਤਿਆਰ ਕਰ ਰਹੇ ਹੋ ਜੀ ਇਹ ਜੋ ਪਹਿਲਾਂ ਇਹ ਲਗਾ ਰਹੇ ਹੋ ਇਹਨਾਂ ਦੀ ਬਾਡੀ ਦੇ ਉੱਤੇ ਇਹ ਕੀ ਆ ਜੀ ਇਹਨੂੰ ਟੈਨ ਕਰੀਮ ਕਹਿੰਦੇ ਆ ਬੇਸਿਕਲੀ ਇਸ ਲਈ ਹੁੰਦੀ ਜਦ ਲਾਈਟ ਪੜੇ ਤਾਂ ਕੱਲਗਲ ਜਿਹੜਾ ਮਸਲ ਹੈਗਾ ਉਹ ਰਿਫਲੈਕਟ ਕਰੇ ਡੈਫੀਨੇਸ਼ਨ ਦਿਖੇ ਪ੍ਰੋਪਰ ਮਸਲ ਦੀ ਓਕੇ ਓਕੇ ਮਤਲਬ ਇੱਕ ਮਸਲ ਨੂੰ ਦਿਖਾਉਣ ਲਈ ਇਹ ਚੀਜ਼ ਜੋੜ ਕੀਤੀ ਆ ਲੋਕਾਂ ਦੇ ਬਾਡੀਵਾਰਡ ਐਦਾਂ ਹੁੰਦੇ ਨਾ ਕਿ ਸਪੋਜ਼ ਆਰਮਸ ਡਾਰਕ ਨੇ ਤੇ ਬਾਕੀ ਹਿੱਸਾ ਲਾਈਟ ਹੈ ਤਾਂ ਉਹ ਈਵਨ ਲੱਗੇ ਤੇ ਜਦ ਉਸਤੇ ਲਾਈਟ ਪਏਗੀ ਉਹ ਪ੍ਰੋਪਰ ਜਿੰਨਾ ਬੰਦੇ ਨੇ ਸਟਰਗਲ ਕਰਿਆ ਉਹ ਦਿਖੇਗਾ ਇਹ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜਿਹਦਾ ਕਲਰ ਹੁੰਦਾ ਨਾਰਮਲ ਕਲਰ ਹੈ ਤੁਸੀਂ ਪਾਣੀ ਨਾਲ ਤੋਗਰਾਮ ਨਾਲ ਨਿਕਲ ਜਾ ਕਿਵੇਂ ਹੁਣ ਤੁਹਾਡੇ ਐਥਲੀਟ ਦੇ ਦੇਖ ਰਹੇ ਇਹਨਾਂ ਨੂੰ ਪ੍ਰੋਪਰਲੀ ਹਣਾ ਕੰਡੀਸ਼ਨ ਕਟਿੰਗ ਪ੍ਰੋਪਰਲੀ ਆਈ ਹੋਈ ਹੈ ਤਾਂ ਤੁਸੀਂ ਇਸ ਚੀਜ਼ ਨੂੰ ਦੱਸ ਸਕਦੇ ਹੋ ਕਿ ਇਹ ਇਸ ਕੰਡੀਸ਼ਨ ਦੇ ਵਿੱਚ ਆਨਲੀ ਇੱਕ ਐਥਲੀਟ ਕਿੰਨੀ ਕਿ ਮਿਹਨਤ ਲੱਗਦੀ ਇਸ ਚ ਬਹੁਤ 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 ਜ਼ਿਆਦਾ ਮਿਹਨਤ ਹੈ ਇਸ ਚ ਕੱਲੀ ਇਹਨਾਂ ਦੀ ਮਿਹਨਤ ਨਹੀਂ ਹੈ ਜਿਹੜੇ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਹੈ ਮਤਲਬ ਇਟਸ ਅ ਟੀਮ ਵਰਕ ਇਹ ਸਾਰਿਆਂ ਦੀ ਮਿਹਨਤ ਹੈ ਜਿਹੜਾ ਇਹ ਸਟਰਗਲ ਕਰ ਰਹੇ ਉਹ ਕਰਦਿਆਂ ਦੇ ਉੱਤੇ ਵੀ ਜਾਂਦਾ ਹੈ ਉਹ ਦੇਖਦੇ ਬੱਚਾ ਸਟਰਗਲ ਕਰ ਰਹਾ ਹਾ ਤਾਂ ਬੱਚੇ ਨੂੰ ਦੇਖ ਕੇ ਕਰਦੇ ਨੂੰ ਵੀ ਫੀਲ ਹੁੰਦਾ ਮਤਲਬ ਇਟਸ ਹੋਲ ਟੀਮ ਕਿੰਨਾ ਦਾ ਇਕੱਲਾ ਦਾ ਸਟਰਗਲ ਨਹੀਂ ਹੈ ਤੇ ਸਟਰਗਲ ਇਹਨਾਂ ਜ਼ਿਆਦਾ ਹੈ ਕਿ ਇਹਨਾਂ ਨੂੰ ਖਾਣਾ ਪੀਣਾ ਬਹੁਤ ਜ਼ਿਆਦਾ ਕੰਟਰੋਲ ਕਰਨਾ ਪੈਂਦਾ ਹੈ ਇਹ ਕਿਤੇ ਪਾਰਟੀ ਨਹੀਂ ਜਾ ਸਕਦੇ ਕਿਉਂਕਿ ਮੂਡ ਉਸ ਟਾਈਪ ਦਾ ਨਹੀਂ ਹੁੰਦਾ ਕਿਉਂਕਿ ਲੋਕੀ ਆਪਣਾ ਬਾਹਰ ਜਾ ਕੇ ਖਾਂਦੇ ਪਿੰਦੇ ਹੈ ਇਹ ਕੀ ਕਰਨ ਜਾਣਗੇ ਇਹਨਾਂ ਨੂੰ ਆਪਣੀ ਮੀਲ ਲੈ ਕੇ ਜਾਣੀ ਪੈਂਦੀ ਹੈ ਤਾਂ ਇਟਸ ਲਾਈਕ ਕਿ ਤੁਹਾਨੂੰ ਪੂਰੇ ਵਰਡਨਲ ਕਟਆਫ ਹੀ ਕਰਨਾ ਪੈਂਦਾ ਜਦ ਇਹ ਪ੍ਰੈਪ ਤੇ ਹੁੰਦੇ ਆ ਆਪਣੀ ਪ੍ਰੋਪਰ ਮਤਲਬ ਜਿਹੜੇ ਲਾਸਟ ਦਿਨ ਹੁੰਦੇ ਨੇ ਉਸ ਟਾਈਮ ਤੇ ਇਦੋਂ ਵੀ ਟਫ ਹੋ ਜਾਂਦਾ ਉਹਨੇ ਬਹੁਤ ਜ਼ਿਆਦਾ ਟਫ ਹੁੰਦਾ ਹੁਣ ਕਈ ਕਈ ਕੋਚਿਸ ਹੁੰਦੇ ਆ ਜਿਹਦੇ ਸੌਲਟ ਐਂਡ ਵਾਟਰ ਵੀ ਬੰਦ ਕਰਾਉਂਦੇ ਆ ਕਈ ਕਿ ਹੁੰਦੇ ਸਾਈਕਲਿੰਗ ਕਰਾਉਂਦੇ ਕਈ ਕਿ ਹੁੰਦੇ ਜ਼ੀਰੋ ਕਾਰਬਸ ਤੇ ਲੈ ਕੇ ਜਾਂਦੇ ਆ ਹੁਣ ਜਿੱਦਾਂ ਕਈ ਕਈ ਵਾਰ ਕੰਪੀਟੀਸ਼ਨ ਪ੍ਰੀਪੋਨ ਹੋ ਗਿਆ ਤਾਂ ਬਿਲਕੁਲੀ ਤੁਹਾਡੇ ਰੋਟੀ ਐਂਡ ਰਾਈਸ ਕੱਟ ਕਰ ਦਿੰਦੇ ਆ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਸਟ੍ਰੈਸ ਜਿੱਦਾਂ ਹੁਣ ਇੱਕ ਨਾਰਮਲ ਬੰਦਾ ਜੀ ਤੁਸੀਂ ਲੈ ਕੇ ਵੀ ਚੱਲੋ 60 70 ਕਿਲੋ ਤਾਂ ਵੀ ਕੰਡੀਸ਼ਨ ਹੈ ਜੀ ਲਾਉਣ ਵਾਸਤੇ ਜੇ ਸੁਪੋਜ਼ ਤੁਹਾਡੇ ਕੋਲ ਟਾਈਮ ਵੀ ਘਟਾ ਹੈ ਲੋਕੀ 1000 1000 ਕੈਲਰੀ 800 800 ਕੈਲਰੀ ਸਕੇ ਜਾਂਦੇ ਆ ਜਿਸ ਚ ਮਤਲਬ ਇਹ ਲਾਲੋ ਕੀ ਤੁਹਾਨੂੰ ਬੋਲਣ ਤੇ ਕਹਿੰਦਾ ਮੰਨ ਨਹੀਂ ਕਰਦਾ ਉਠਣ ਦਾ ਮੰਨ ਨਹੀਂ ਕਰਦਾ ਜਿੱਥੇ ਪਏ ਹੋ ਪਏ ਹੋ ਬਸ ਖਾਣਾ ਮਿਲ ਗਿਆ ਤਾਂ ਠੀਕ ਹੈ ਜੇ ਕਿਸੇ ਨੇ ਛੇੜਿਆ ਤਾਂ ਚਿਰਚੜਾ ਉਡੁੰਦੀ ਹੈ ਮਤਲਬ ਤੁਸੀਂ 멘ਟਲ ਜਿੰਨਾ ਸਟ्रेस ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਹੁੰਦਾ ਹੈ weight lifting ਹਰ ਕੋਈ ਕਰ ਲੈਂਦਾ ਹੈ ਪਰ ਡਾਈਟ ਸਾਰਿਆਂ ਦੀ ਬਸਦੀ ਨਹੀਂ ਹੈ ਜਿਵੇਂ ਆਪਾਂ ਨੇ ਦੇਖਿਆ ਨਾ ਕਿ ਇਹ ਇਹਨਾਂ ਦੇ ਕੋਚ ਸੀਗੇ ਜੋ ਇਹਨਾਂ ਨੂੰ ਰੈਡੀ ਕਰਦੇ ਪਏ ਸੀਗੇ ਕਿ ਇੱਕ ਐਥਲੀਟ ਜਦੋਂ ਸਟੇਜ ਦੇ ਉੱਤੇ ਜਾਂਦਾ ਤਾਂ ਉਸ ਨੂੰ ਪਹਿਲਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਪੇਨ ਹੁੰਦਾ ਹੈ ਇਸ ਚੀਜ਼ ਦੇ ਵਿੱਚ ਤਾਂ ਇਹ ਚੀਜ਼ ਤਾਂ ਆਪਾਂ ਨੂੰ ਹਨਾ ਡਿਫਾਈਨ ਹੋ ਗਈ ਤੇ ਹੁਣ ਬਾਕੀ ਦੇਖਦੇ ਹਾਂ ਕਿ ਅੱਗੇ ਹੋਰ ਐਥਲੀਟ ਕਿਵੇਂ ਦੀ ਤਿਆਰੀ ਕਰਦੇ ਆ ਇੱਕ ਅਜਿਹੇ ਐਥਲੀਟ ਮਿਲੇ ਨੇ ਬੋਡੀ ਬਿਲਡਰ ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਹੈ ਉਹਨਾਂ ਦੇ ਦਿਲ ਨੂੰ ਚਲਾਉਣ ਲਈ ਅ ਅਸ਼ੀਰਆ ਭਾਜੀ ਸ੍ਰੀਗਲ ਭਾਜੀ ਆ ਇੱਕ ਦਿਨ ਤੁਹਾਡੀ ਬੜੀ ਹਾਈਲਾਈਟ ਹੋ ਰਹੀ ਹੈ ਇਹ ਕੀ ਹੈ ਜੀ ਇਹ ਪੇਸਮੇਕਰ ਹੈ ਸਰ ਪੇਸਮੇਕਰ ਜੋ ਦਿਲ ਕੋ ਕੰਟਰੋਲ ਕਰਦੀ ਆਪਣੇ ਹਾਰਟਬੀਟ ਕੋ ਕੰਟਰੋਲ ਕਰਦੀ ਆਪਣੇ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ ਹਾਂਜੀ ਹਾਂਜੀ ਤੇ ਬਾਡੀ ਬਿਲਡਿੰਗ ਦੇ ਵਿੱਚ ਹਾਰਟ ਦੀ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਕਿ ਆਮ ਬੰਦਾ ਵੀ ਘਬਰਾਉਂਦਾ ਹਨਾ ਕਿ ਵੀ ਉਹਦੇ ਵਿੱਚ ਹਾਰਟ ਦੀਆਂ ਕਈ ਦੇਖਿਆ ਆਪਾਂ ਨੇ ਕੇਸ ਆਉਂਦੇ ਆ ਪਰ ਉਸ ਦੇ ਬਾਵਜੂਦ ਵੀ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਬਾਡੀ ਬਿਲਡਿੰਗ ਕਰ ਰਹੇ ਹੋ ਹਾਂਜੀ ਹਾਂਜੀ ਬਸ ਜਨੂੰਨ ਹੈ ਸਰ ਸਿਰੂ ਸੇ ਜਨੂੰਨ ਹੈ ਉਸਕੇ ਬਾਅਦ ਵੀ अप डाउन आए लेकिन फिर दोबारा ट्रैक पे पकड़ा गए उसके बाद आज आपके सामने ये चीज जो हुई है एक एक, एक में प्रॉब्लम आई थी ये सर स्टार्टिंग से ही है मेरे को तीन चार बार आ चुकी थी पहले हार्ट की दिक्कत अच्छा बचपन से हाँ भी ये चीज़ है कि ये पाजी अपने हार्ट को कंट्रोल करती है ਹਾਰਟ ਬੀਟ ਆ ਹੀ ਨਹੀਂ ਹੋਣੇ ਦਿੱਤੀ ਪਰ ਲੋ ਨਹੀਂ ਹੋਣੇ ਪੇਨ ਵੀ ਤਾਂ ਕਿਤੇ ਨਾ ਕਿਤੇ ਬਸ ਪੇਨਸ ਆ ਨਾ ਪੜਦਾ ਸਰ ਪੇਨ ਹੁਣ ਵੀ ਹੁੰਦਾ ਜਨੂਨ ਕੇ ਲਈ ਹਾਂਜੀ ਸੰਜੀ ਸਰ ਪੇਨ ਹੁੰਦਾ ਹੈ ਅਭੀ ਪੋਜ਼ਿੰਗ ਕਰਾ ਤਬ ਵੀ ਹੋ ਰਹਾ ਥਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਕਦੇ ਨਹੀਂ ਸਰ ਬਸ ਵਈ ਜਨੂਨ ਕੇ ਸਾਹਮਣੇ ਸਭ ਫਿੱਕਾ ਹੋ ਬਾਕੀ ਤੁਸੀਂ ਦੇਖ ਰਹੇ ਹੋ ਕਿ ਕਦੇ ਸ਼ਾਇਦ ਮੇਰੇ ਸਾਹਮਣੇ ਮੈਂ ਤਾਂ ਨਹੀਂ ਕਦੇ ਐਮੇ ਦਾ ਕੁਝ ਦੇਖਿਆ ਕਿ ਇਹ ਮਸ਼ੀਨ ਜਿ ਇਨ੍ਹਾਂ ਦੇ ਦੱਸਣ ਦੇ ਮੁਤਾਬਕ ਇਨ੍ਹਾਂ ਦੇ ਦਿਲ ਨੂੰ ਚਲਾਉਂਦੀ ਆ